ਭਾਜਪਾ ਪੰਜਾਬ ਦੇ ਅੰਦਰ ਆਉਣਾ ਚਾਹੁੰਦੀ ਹੈ ਤੇ ਕਿਵੇਂ ਆਉਣਾ ਚਾਹੁੰਦੀ ਹੈ ਇਹਦੇ ਬਾਰੇ ਚਰਚਾ ਤੁਸੀਂ ਖਬਰਾਂ ਦੇ ਵਿੱਚ ਕਰਦੇ ਹੀ ਰਹਿੰਦੇ ਹੋ ਜਦੋਂ ਕੋਈ ਵੀ ਸਿਆਸੀ ਖਬਰ ਬਾਰੇ ਆਪਾਂ ਪਰਚੋਲ ਕਰਦੇ ਆਂ ਪਰ ਪੰਜਾਬ ਦੀ ਕਮਾਨ ਨੂੰ ਲੈ ਕੇ ਭਾਜਪਾ ਦੇ ਅੰਦਰ ਅੰਦਰੀ ਰੱਸਾਕਸੀ ਸ਼ੁਰੂ ਹੋ ਚੁੱਕੀ ਹੈ ਬਿਲਕੁਲ ਪਰਵੀਨ ਜੀ ਭਾਤੀ ਜਨਤਾ ਪਾਰਟੀ ਆਪਾਂ ਪਹਿਲਾਂ ਵੀ ਜਿਵੇਂ ਤੁਸੀਂ ਕਿਹਾ ਗੱਲ ਕਰਦੇ ਰਹੇ ਕਿ ਜਿਹੜੇ ਵੀ ਸੂਬੇ ਦੇ ਵਿੱਚ ਦਾਖਲ ਹੋਈ ਉਹ ਉੱਥੇ ਦੀ ਕਿਸੇ ਨਾ ਕਿਸੇ ਸਥਾਨਕ ਪਾਰਟੀ ਦੇ ਨਾਲ ਸਾਂਝ ਪਾ ਕੇ ਦਾਖਲ ਹੋਈ ਤੇ ਉਹ ਉੱਥੇ ਦਾਖਲ ਹੋਣ ਤੋਂ ਬਾਅਦ ਉਹ ਛੋਟੇ 파ਟਨਰ ਦੇ ਰੂਪ ਦੇ ਵਿੱਚ ਜਾਂ ਜੂਨੀਅਰ ਦੇ ਰੂਪ ਦੇ ਵਿੱਚ ਦਾਖਲ ਹੋਈ ਤੇ ਹੌਲੀ-ਹੌਲੀ ਮਤਲਬ ਉਸੇ ਪਾਰਟੀ ਨੂੰ ਖਾ ਗਈ ਜਿ ਜਿਨੇ ਉਹਨ ਨੂੰ ਪੈਰ ਰੱਖਣ ਦੀ ਥਾਂ ਦਿੱਤੀ ਅ ਪੰਜਾਬ ਦੇ ਵਿੱਚ ਬੇਸ਼ੱਕ ਸਿੱਧੇ ਰੂਪ ਚ ਐਦਾਂ ਨਹੀਂ ਹੋਇਆ ਜਿਵੇਂ ਬਾਕੀ ਸੂਬਿਆਂ 'ਚ ਇਹਨਾਂ ਨੇ ਕੀਤਾ ਪਰ ਅਕਾਲੀ ਦਲ ਆਪਣੀਆਂ ਨੀਤੀਆਂ ਕਾਰਨ ਆਪਣੀਆਂ ਕਮਜ਼ੋਰੀਆਂ ਕਾਰਨ ਆਪਣੇ ਗਲਤ ਫੈਸਲੇਆ ਕਾਰਨ ਹੀ ਟਹਿਟੇ ਨਹੀਂ ਹੁੰਦਾ ਗਿਆ ਤੇ ਉਹਦਾ ਲਾਹਾ ਭਾਜਪਾ ਲੈਂਡ ਚ ਕਾਮਯਾਬੀ ਰਹੀ ਕਿ ਉਹਨਾਂ ਦੀਆਂ ਨਲਾਇਕੀਆਂ ਦੇ ਦਾਗ ਤਾਂ ਨਹੀਂ ਲਏ ਉਹਨਾਂ ਦੀ ਗਲਤ ਜਦੋਂ ਕਿ ਸਰਕਾਰ 'ਚ ਸਾਰਾ ਕੁਝ ਸੁੱਖ ਭੋਗਿਆ ਨਾਲ ਬਰਾਬਰ ਬੀਜੇਪੀ ਨੇ ਹਾਂ ਬਾਦਲਾਂ ਦੇ ਰਾਜ ਦੇ ਵਿੱਚ ਪਰ ਉਹਦੀਆਂ ਉਹਦੀਆਂ ਦਾਗ ਨਹੀਂ ਆਪਣੇ ਤੇ ਲੈਂਦੀ ਉਹ ਕਹਿੰਦੀ ਇਹ ਸਾਰਾ ਕੁਝ ਅਕਾਲੀ ਦਲ ਨੇ ਕੀਤਾ ਅਸੀਂ ਬੇਦਾਗ ਹਾਂ ਪਰ ਹੁਣ ਉਹਨਾਂ ਦੀ ਥਾਂ ਲੈਣ ਲਈ ਕਾਲੀ ਆ ਉਹ ਸੋਚਦੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਕੁਸਪੈਟ ਕਰਨੀ ਆ ਪੰਜਾਬ 'ਚ ਰਾਜਨੀਤਿਕ ਤੌਰ ਤੇ ਦਾਖਲ ਹੋਣਾ ਤਾਂ ਉਹਨੂੰ ਲੱਗਦਾ ਕਿ ਸਾਡੀ ਦਲਿਤ ਵੋਟ ਬੈਂਕ ਵੀ ਸਾਡੇ ਕੋਲ ਆ ਸਕਦੀ ਆ ਸਾਡੇ ਕੋਲ ਹਿੰਦੂ ਵੋਟ ਬੈਂਕ ਅਸੀਂ ਗਰੰਟਡ ਮੰਨ ਕੇ ਚੱਲਦੇ ਆ ਕਿ ਸਾਨੂੰ ਪੈ ਜਾਣੀ ਆ ਤੇ ਅਸੀਂ ਹੁਣ ਸਿੱਖ ਚਿਹਰੇ ਰਿਆ ਕਿ ਸਿੱਖਾਂ ਦੀ ਵੋਟ ਵੀ ਖਿੱਚ ਲੈਣੀ ਸੋ ਇਸ ਲਈ ਇੱਕ ਦਵੰਦ ਅੰਦਰ ਸ਼ੁਰੂ ਹੋ ਗਿਆ ਹੁਣ ਪਾਜ ਪਾ ਦੇ ਅੰਦਰ ਉਹ ਦਵੰਦ ਤਿੰਨ ਤਰ੍ਹਾਂ ਦਾ ਏ ਪ੍ਰਵੀਨ ਜੀ ਇੱਕ ਦਵੰਦ ਤਾਂ ਸਿੱਧਾ ਏ ਕਿ ਪੰਜਾਬ ਦੀ ਲੀਡਰਸ਼ਿਪ ਚਾਹੁੰਦੀ ਆ ਕਿ ਸਾਡਾ ਹੀ ਕੋਈ ਬੰਦਾ ਇੱਥੇ ਦਾ ਚਿਹਰਾ ਬਣੇ ਜਿਹੜਾ ਅਗਲੀ ਵਾਰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਉੱਪਰ ਕੇਂਦਰ ਦੀ ਟੀਮ ਚਾਹੁੰਦੀ ਆ ਕਿ ਸਾਡਾ ਭਰੋਸੇਮੰਦ ਬੰਦਾ ਕੋਈ ਦਿੱਲੀ ਤੋਂ ਜਾ ਕੇ ਉੱਥੇ ਚਿਹਰਾ ਬਣੇ ਇੱਕ ਦਵੰਦ ਤਾਂ ਇਹ ਚੱਲ ਰਿਹਾ। ਜੀ ਦੂਸਰਾ ਦਵੰਦ ਇਹ ਚੱਲ ਰਿਹਾ ਕਿ ਦਿੱਲੀ ਵਾਲੀ ਟੀਮ ਚਾਹੁੰਦੀ ਆ ਕਿ ਅਸੀਂ ਕਿਸੇ ਸਿੱਖ ਚਿਹਰੇ ਨੂੰ ਮੂਰੇ ਲਾਈਏ। ਹੂੰ ਪੰਜਾਬ ਦੀ ਭਾਜਪਾ ਦੀ ਟੀਮ ਚਾਹੁੰਦੀ ਆ ਕਿ ਸਿੱਖ ਚਿਹਰਾ ਤਾਂ ਫਿਰ ਪਹਿਲਾਂ ਵੀ ਸੀ ਚਾਹੇ ਅਕਾਲੀਆਂ ਨਾਲ ਸੀ ਚਾਹੇ ਕਿਸੇ ਨਾਲ ਸੀ ਫਿਰ ਸਾਡੀ ਵਾਰੀ ਕਦ ਆਈ ਉਹ ਆਪਣੇ ਆਪ ਚੋਂ ਆਪਣੇ ਹਿੰਦੂ ਚਿਹਰਿਆਂ ਚੋਂ ਇੱਕ ਚਿਹਰਾ ਚਾਹੁੰਦੀ ਆ ਜਿਹੜੀ ਲੰਮੇ ਸਮੇਂ ਤੋਂ ਬੀਜਪੀ ਨਾਲ ਜੁੜੀ ਆ। ਦੂਸਰਾ ਦਵੰਦ ਇਹ ਆ। ਤੀਸਰਾ ਦਵੰਦ ਫਿਰ ਹਿੰਦੂ ਲੀਡਰਸ਼ਿਪ ਦੇ ਅੰਦਰ ਹੁਣ ਇੱਕ ਲੀਡਰਸ਼ਿਪ ਉਹ ਆ ਜਿਹੜੀ ਭਾਜਪਾ ਨਾਲ ਪ੍ਰਾਣੀ ਖੜੀ ਉਹ ਕਹਿੰਦੀ ਸਾਡਾ ਚਿਹਰਾ ਹੋਣਾ ਚਾਹੀਦਾ ਦੂਜੀ ਜਿਹੜੇ ਤਾਜ਼ੇ-ਤਾਜ਼ੇ ਕਾਂਗਰਸ ਤੋਂ ਆਏ ਨੇ ਖਾਸ ਕਰਕੇ ਮੈਂ ਸਿੱਧਾ ਕਾਂਸ ਸੁਨੀਲ ਜਾਖੜ ਹਮ ਤੇ ਤੀਜਾ ਤਦੋਂ ਸੁਨੀਲ ਜਾਖੜ ਨਾਲ ਕੇ ਬਾਹਰ ਆ ਕੇ ਹੁਣੇ ਤੁਹਾਡੇ ਧਿਆਨ ਚੋਣਾ ਮਨਪ੍ਰੀਤ ਬਾਦਲ ਨੂੰ ਜਦੋਂ ਕਾਂਗਰਸ ਨੇ ਲਿਆ ਸੀ ਤਦ ਕਾਂਗਰਸ ਉਹਨਾਂ ਨੂੰ ਪ੍ਰਧਾਨ ਬਣਾਉਣ ਬਾਰੇ ਸੋਚਣ ਲੱਗ ਗਈ ਸੀ ਹਮ 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 ਪਰ ਤਦ ਪਾਰਟੀ ਦੇ ਅੰਦਰ ਵਿਰੋਧ ਹੋਇਆ ਜੀ ਪਰ ਸਿੱਧੂ ਜਦੋਂ ਆਏ ਸਿੱਧੂ ਬਣ ਗਏ ਕਿਉਂਕਿ ਸਿੱਧੂ ਦਾ ਔਰਾ ਵੱਡਾ ਸੀ ਨਾਂ ਵੱਡਾ ਸੀ ਹਾਂ ਬਲਾਰੇ ਵੱਡੇ ਸੀ ਤੇ ਉਹਦੇ ਕਰਨ ਉਹਦਾ ਉਹਨਾਂ ਵਿਰੋਧ ਨਹੀਂ ਕਰ ਪਾਈਆਂ ਪਾਰਟੀਆਂ ਤੇ ਉਹ ਸਿੱਧਾ ਪ੍ਰਿੰਕਾ ਰਾਹੁਲ ਦਾ ਥਾਪੜਾ ਸੀ ਜਿਵੇਂ ਜਨਤਕ ਤੇ ਉਹਦੇ ਕਰਨ ਉਹ ਪ੍ਰਧਾਨ ਬਣ ਗਏ ਪਰ ਪਾਰਟੀ ਦਾ ਅਜਰ ਕੀ ਹੋਇਆ ਕਿ ਬਾਕੀ ਲੀਡਰਸ਼ਿਪ ਨੇ ਉਹਨਾਂ ਦਾ ਸਾਥ ਹੀ ਨਹੀਂ ਦਿੱਤਾ ਹੂੰ ਹੁਣ ਇਸੇ ਦੁਵੰਦ ਦੇ ਵਿੱਚੋਂ ਬੀਜੇਪੀ ਲੰਘ ਰਹੀ ਆ ਪਹਿਲੀ ਗੱਲ ਤਾਂ ਇਹ ਆ ਕਿ ਬੀਜੇਪੀ ਕੋਲ ਹੁਣ ਜੇਕਰ ਤੁਸੀਂ ਗੱਲ ਕਰੋ ਤਾਂ ਸਿੱਖ 체ਰਿਆਂ ਦੀ ਕੋਈ ਕਮੀ ਨਹੀਂ ਆ ਪੰਜਾਬ 'ਚ ਉਹਨਾਂ ਦੇ ਆਪਣੇ ਜਿਹੜੇ ਚਿਹਰੇ ਚੋਂ ਦੇਖੋ ਤਾਂ ਪੁਰਾਣੇ ਉਹਨਾਂ ਕੋਲ ਲਾਲਪੁਰਾ ਤੇ ਗਰੇਵਾਲ ਵਰਗਾ ਨਾਮ ਹੈਗਾ ਏ ਹੁਣ ਪੰਜਾਬ ਨੂੰ ਪ੍ਰਮਾਣਿਤ ਨੇ ਉਹ ਬਤੌਰ ਸਿੱਖ ਚਿਹਰਾ ਕਿ ਨਹੀਂ ਇਹ ਬੱਕਰਾਸ ਵਾਲਾ ਪਰ ਅਗਲਿਆਂ ਕੋਲ ਪੁਰਾਣੇ ਚਿਹਰੇ ਆ ਜੂ ਵੀ ਹੈਗੇ ਨੇ ਬੜ ਜੇਕਰ ਨਵੇਂਆਂ ਦੀ ਗੱਲ ਕਰੋ ਤਾਂ ਲਿਸਟ ਬਹੁਤ ਲੰਬੀ ਆ ਚਾਹੇ ਉਹ ਦਮਦਮੀ ਟਕਸਾਲ ਵਾਲੇ ਹਵਾਲਿਆਂ ਦੇਖਿਆ ਜਾਵੇ ਉਹਨਾਂ ਦੇ ਵਿੱਚੋਂ ਜਿਵੇਂ ਸਰਚੰਦੋਰੀ ਪ੍ਰੋਫੈਸਰ ਸਰਚੰਦੋਰੀ ਉਹਨਾਂ ਦੇ ਨਾਲ ਨੇ ਜਾਂ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਵਰਗਾ ਉਹਨਾਂ ਦੇ ਨਾਲ ਹੈਗਾ ਪੰਜਾਬ ਚੋਂ ਹੈਂ ਜੇ ਤੁਸੀਂ ਹੋਰ ਲੰਬੀ ਲਾਈਨ ਕਰਨੀ ਹੋ ਫਤਿਹਜੰਗ ਬਾਜਵੇ ਵਰਗੇ ਹੈਗੇ ਹੈਂ ਕਿੰਨੀ ਲੰਬੀ ਬਲਬੀਰ ਸਿੱਧੂ ਵਰਗੇ ਹੈਗੇ ਹੈ ਨਾ ਇਹ ਲੰਬੀ ਲਿਸਟ ਹੈ ਪਰ ਕੀ ਇਹਨਾਂ ਚੋਂ ਕੋਈ ਚਿਹਰਾ ਜਿਆ ਹੈ ਹੁਣ ਕੈਪਟਨ ਅਮਰਿੰਦਰ ਨੂੰ ਛੱਡ ਕੇ ਬਾਕੀ ਚਿਹਰਿਆਂ ਚੋਂ ਕਿਉਂ ਮੁੱਖ ਮੰਤਰੀ ਦਾ ਦਾਅ ਉਹਨਾਂ ਤੇ ਖੇਡ ਸਕਦੇ ਨੇ ਜਾਂ ਅਮਰਿੰਦਰ ਸਿੰਘ ਹੁਣ ਚੌਣ ਲੜਨ ਵਾਲੀ ਇਹਨਾਂ ਦੇ ਜਿਹੜਾ ਪਾਰਟੀ ਦਾ ਪੈਮਾਨਾ ਉਹਦੇ ਅਨਸਾਰ ਖਰੇ ਨਹੀਂ ਉਤਰਦੇ ਕਿ ਹੁਣ ਉਮਰ ਦਾ ਤਕਾਜ਼ਾ ਹਾਂਜੀ ਸੋ ਇਹ ਸਾਰਿਆਂ ਦੇ ਵਿੱਚੋਂ ਕਹਿੰਦੇ ਕਿ ਇੱਕ ਨਾਂ ਦਿੱਲੀ ਦੀ ਬੀਜੇਪੀ ਹਾਈ ਕਮਾਂਡ ਨੂੰ ਬਹੁਤ ਪਸੰਦ ਆ ਉਹ ਹੈ ਜੀ ਮਨਜਿੰਦਰ ਸਿੰਘ ਸਰਸੇ ਦਾ ਜੀ ਦਿੱਲੀ ਦੀ ਭਾਜਪਾ ਹਾਈ ਕਮਾਂਡ ਚਾਹੁੰਦੀ ਆ ਕਿ ਮਨਜਿੰਦਰ ਸਿੰਘ ਸਰਸੇ ਨੂੰ ਅਸੀਂ ਆਪਣਾ ਪੰਜਾਬ ਚ ਦੂਤ ਬਣਾ ਕੇ ਭੇਜ ਦਈਏ ਹੂੰ ਥੋੜਾ ਧਿਆਨ ਚ ਹੋਏਗਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੀ ਬ੍ਰਾਂਚ ਖੋਲ੍ਹ ਦਿੱਤੀ ਆ ਅੰਮ੍ਰਿਤਸਰ ਦੇ ਵਿੱਚ ਦਫ਼ਤਰ ਖੋਲ੍ਹਤਾ ਆਪਣੀ ਸਰਾਂ ਦੇ ਵਿੱਚ ਉਹਨਾਂ ਨੇ ਉਸ ਵਾਲੇ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਆ ਇੱਥੇ ਆਪਾਂ ਪਹਿਲਾਂ ਵੀ ਉਹ ਗੱਲ ਕਰ ਚੁੱਕੇ ਹਾਂ ਤੇ ਉਹ ਸਾਰੀ ਕਾਰਵਾਈ ਸਰਸੇ ਦੀ ਅਗਵਾਈ ਹੇਠ ਚੱਲਦੀ ਆ ਕਿੰਨੇ ਮਸਲੇ ਨੇ ਜਿਨ੍ਹਾਂ 'ਚ ਸਰਸਾ ਖੁੱਲਕੇ ਬੋਲੇ ਨੇ ਤੇ ਮੰਨਿਆ ਇਹ ਜਾ ਰਿਹਾ ਕਿ ਸਰਸੇ ਦਾ ਪੰਜਾਬ ਦੇ ਹਰ ਪਿੰਡ ਨਾਲ ਨਾਤਾ ਹੋ ਗਿਆ ਠੀਕ ਹੈ ਖੇਤੀ ਕਾਨੂੰਨ ਦੇ ਦੌਰਾਨ ਜਿਹੜਾ ਪੈਨਲ ਬਣਿਆ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਸ ਪੈਨਲ ਦੇ ਨਾਲ ਸਰਸੇ ਉਰਾਂ ਦੀ ਟੀਮ ਕੰਮ ਕਰਦੀ ਸੀ ਔਰ ਕਿਸਾਨਾਂ ਵਾਲੇ ਪੈਨਲ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਸੀ ਸਰਸੇ ਦਾ ਜ਼ਿਕਰ ਆਉਂਦਾ ਸੀ ਕਿਰਸੇ ਨੇ ਕਿਸਾਨ ਛੜਾਏ ਸਰਸੇ ਨੇ ਥਾਣੇ ਪਹੁੰਚਿਆ ਸਰਸੇ ਦੀ ਟੀਮ ਵਕੀਲਾਂ ਕੋਲ ਗਈ ਸਰਸੇ ਦੀ ਟੀਮ ਨੇ ਅਦਾਲਤ ਚ ਬਾਹਰ ਲਿਆਂਦਾ ਸਰਸਾ ਯੂਪੀ ਪਹੁੰਚ ਗਿਆ ਸਰਸਾ ਕਿਸਾਨਾਂ ਲਈ ਧਰਨੇ ਤੇ ਆ ਗਿਆ ਸਰਸਾ ਲੰਗਰ ਲੈ ਕੇ ਆ ਗਿਆ ਸੋ ਸਰਸੇ ਦਾ ਗੁਣਗਾਨ ਪੰਜਾਬ ਦੇ ਹਰ ਪਿੰਡ ਤੱਕ ਆ ਚੁੱਕਿਆ ਹਮ ਜਿਹੜੇ ਪਰਿਵਾਰਾਂ ਦੀਆਂ ਜ਼ਮਾਨਤਾਂ ਹੋਈਆਂ ਜਿਹੜੇ ਪਰਿਵਾਰ ਉੱਥੇ ਥਾਣਿਆਂ ਕਚਹਿਰੀਆਂ ਚ ਰੁਲੇ ਪਹੁੰਚ ਹੋਈ ਹੈ ਉਹਨਾਂ ਦੇ ਵਿੱਚ ਸਰਸਾ ਉਹਨਾਂ ਦੇ ਘਰਾਂ ਤੱਕ ਬੈਠਕ ਚ ਬੈਠਣ ਯੋਗ ਹੈ ਜੀ ਸੋ ਇਹ ਸਨੂ ਭਾਜਪੀ ਇਸ ਨੁਕਤੇ ਤੋਂ ਦੇਖ ਰਹੀ ਹੈ ਕਿ ਸਰਸਾ ਸਿੱਖਚੇਰਾ ਵੀ ਹੈ ਹਮਮ ਔਰ ਸਰਸਾ ਹੁਣ ਪੰਜਾਬ ਦੇ ਪਿੰਡਾਂ ਚ ਕਿਸਾਨੀ ਪਿੰਡਾਂ ਚ ਵੀ ਬੈਠਣ ਜੋਗਾ ਜੀ ਜੀ ਵੋਟ ਪਵੇ ਨਾ ਪਵੇ ਪਰ ਉਹ ਜਿਹਦਾ ਬੂਹਾ ਖੜਕਾਊਗਾ ਉਹ ਚਾਹ ਪਲਾਏ ਬਿਨਾ ਉਹਨੂੰ ਅੰਦਰ ਵਾਲੀ ਬੈਠਕ ਚ ਬਿਠਾਏ ਬਿਨਾ ਨਹੀਂ ਭੇਜ ਸਕਦਾ ਜੀ ਬਿਲਕੁਲ ਸੋ ਇਹ ਇਹ ਦਿਖ ਜਿਹੜੀ ਹੈ ਇਹ ਸੁਨੇਹਾ ਬਹੁਤ ਦੂਰ ਤੱਕ ਜਾਂਦਾ ਹਮਮ ਕਿ ਭਾਈ ਫਰਾਣਿਆਂ ਦੇ ਘਰੇ ਸਰਸੇ ਆਇਆ ਤਾਂ ਉਹਨਾਂ ਨੇ ਤਾਂ ਸੇਵਾ ਕੀਤੀ ਫੋਟੋਆਂ ਖਿੱਚਾ ਗਿਆ ਦੂਏ ਦਿਨ ਅਖਬਾਰ ਚ ਵੀ ਲੱਗ ਜਾਣੀਆਂ ਸਾਰਾ ਸੋ ਆ ਜਿਹੜਾ ਇੱਕ ਤਰੀਕਾ ਇਹ ਬੀਜੇਪੀ ਨੂੰ ਇਹ ਲੱਗਦਾ ਪਰ ਪੰਜਾਬ ਦੀ ਬੀਜੇਪੀ ਹਮ ਖਾਸ ਕਰ ਜਿਹੜੇ ਪੁਰਾਣੇ ਪ੍ਰਧਾਨ ਰਹੇ ਜਾਂ ਹੁਣ ਪ੍ਰਧਾਨ ਹੈਗੇ ਚਾਹੇ ਵਸ਼ਮੀ ਸ਼ਰਮਾ ਦੀ ਟੀਮ ਹੋਵੇ ਚਾਹੇ ਪਹਿਲੇ ਪ੍ਰਧਾਨਾਂ ਦੀਆਂ ਟੀਮਾਂ ਹੋਣ ਉਹ ਸਾਰੀਆਂ ਚਾਹੁੰਦੇ ਨੇ ਕਿ ਸਾਡੇ ਹੱਥ ਗਣੂਆ ਰਹੇ ਅਗਲੇ ਕਹਿੰਦੇ ਟੋਲ ਤੇ ਗੱਡੀਆਂ ਅਸੀਂ ਬਣਵਾਈਆਂ ਆਪਣੇ ਘਰਾਂ ਦੇ ਮੂਰੇ ਗੋਹੇ ਦੀਆਂ ਟਰੈਲੀਆਂ ਅਸੀਂ ਸਟਾਈਆਂ ਹਾਂ 76 ਅਸੀਂ ਖਾਦੇ ਕੰਧਾਂ ਟੱਪ ਕੇ ਅਸੀਂ ਭੱਜੇ ਗਾਲਾਂ ਅਸੀਂ ਖਾਧੀਆਂ ਠੀਕ ਹੈ ਨਾ ਤੇ ਸਾਰਾ ਦੁੱਖ ਅਸੀਂ ਚੱਲਿਆ ਤੇ ਅਸੀਂ ਤਾਂ ਵੀ ਪਾਜਪਾ ਨਾਲ ਖੜੇ ਆ ਤੇ ਉਸ ਦੌਰ ਤੋਂ ਖੜੇ ਆ ਜਦੋਂ ਬਾਦਲਾਂ ਦੇ ਮਗਰ ਤੁਰਦੇ ਸੀ ਬਾਦਲ ਸਾਡੀ ਨਹੀਂ ਸੁਣਦੇ ਸੀ ਅਸੀਂ ਤਾਂ ਵੀ ਮਗਰੇ ਸੀ ਸੁਣਾ ਉਹ ਕਹਿੰਦੇ ਕਿ ਫੇਰ ਸਰਸਾ ਕਿਉਂ ਮਲਾਈ ਖਾ ਵੀ ਮਲਾਈ ਖਾਣੀ ਤਾਂ ਸਾਨੂੰ ਦੋ ਹੂੰ ਸੋ ਇਸ ਲਈ ਉਹਨਾਂ ਨੂੰ ਲਾਲਸਾ ਆਪਣੀ ਹੈ ਕਿ ਜੇਕਰ ਪੰਜਾਬ 'ਚ ਬੀਜੇਪੀ ਪੈਸੇ ਵਾਲੀ ਖੇਡ ਚੱਲੀ ਆਪਣੀ ਤਾਕਤ ਵਾਲੀ ਖੇਡ ਚੱਲੀ ਵੰਡ ਪਾਉ ਵਾਲੀ ਨੀਤੀ ਉਹਨਾਂ ਦੀ ਚੱਲ ਗਈ ਤਾਂ ਫਿਰ ਸਾਡੇ ਹੱਥ ਬਟੇਰ ਆਉਣਾ ਚਾਹੀਦਾ ਫਿਰ ਦਿੱਲੀ ਵਾਲੇ ਆ ਕੇ ਕਿਉਂ ਹਟਾਉਣ ਇਹ ਇਸ ਲਈ ਅਸ਼ਵਨੀ ਸ਼ਰਮਾ ਹੋਰੀ ਚਾਹੁੰਦੇ ਨੇ ਕਿ ਪ੍ਰਧਾਨਗੀ ਵੀ ਮੇਰੇ ਕੋਲੇ ਰਹਿ ਜਾਵੇ ਹੂੰ ਤੇ ਮੈਨੂੰ ਇਹੀ ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਬਣਾ ਲਿਆ ਜਾਵੇ ਸਾਨੂੰ ਦੂਤ ਦੀ ਲੋੜ ਨਹੀਂ ਸਾਨੂੰ ਪ੍ਰਚਾਰਕ ਬਣ ਕੇ ਆਜੋ ਪ੍ਰਚਾਰ ਕਰੋ ਤੇ ਜਾਓ ਚਿਹਰਾ ਮੇਰਾ ਹੋਵੇ ਜੀ ਪਰ ਦੂਸਰੇ ਪਾਸੇ ਪੰਜਾਬ ਦੀਆਂ ਜਿਹੜੀਆਂ ਸਿਹਰਦ ਬੀਜੇਪੀ ਦੇ ਵਿੱਚ ਕੁਝ ਧਿਰਾਂ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਮੂਹਰੇ ਤਾਂ ਨਹੀਂ ਆ ਸਕਦੇ ਸਾਡੀ 바ਰੀ ਤਾਂ ਨਹੀਂ ਆ ਸਕਦੀ ਪਰ ਉਹਨਾਂ ਨੂੰ ਲੱਗਦਾ ਕਿ ਪੰਜਾਬ 'ਚ ਬੀਜੇਪੀ ਆ ਸਕਦੀ ਹੈ ਜੀ ਉਹ ਤੇਰਾ ਚਾਹੁੰਦੀਆਂ ਨੇ ਕਿ ਉਹਦੇ ਲਈ ਇੱਕ ਚਿਹਰਾ ਤੁਹਾਡੇ ਕੋਲ ਸੁਨੀਲ ਜਾਖੜ ਨਾਂ ਦਾ ਹੈਗਾ ਜੀ ਸੁਨੀਲ ਜਾਖੜ ਜਿਹੜਾ ਪੰਜਾਬ ਦੀਆਂ ਪਿੰਡਾਂ ਚ ਕਿਸਾਨੀ ਕਿਸਾਨੀ ਰੂਪ ਰੱਖਦਾ ਉਸ ਨੂੰ ਕਿਸਾਨੀ ਚਿਹਰੇ ਵੱਜੋਂ ਉਸ ਨੂੰ ਵੱਡੇ ਵਪਾਰੀ ਵੱਜੋਂ ਜਾਏ ਉਹ ਕਿਸਾਨੀ ਵਾਲੇ ਖੇਤਰ ਚੋਂ ਦੇਖਿਆ ਜਾਂਦਾ ਹਾਂ ਜਿਵੇਂ ਵੱਡੇ ਬਾਗਬਾਨ ਹੈ ਉਹ ਤੇ ਵੱਡਾ ਫਿਰ ਉਹਦੀ ਮਤਲਬ ਕਿ ਬਾਹਰ ਜਾਂਦੇ ਨੇ ਕਿੰਨੂ ਸੰਤਰੇ ਸਾਰਾ ਕੁਝ ਉਸ ਵੱਲੇ ਨਾਲ ਦੂਸਰਾ ਉਹਨੂੰ ਆਰਥਿਕ ਸਮਝ ਰਾਜਨੀਤਿਕ ਸਮਝ ਇਸ ਸਮਝਿਕ ਸਮਝੇ ਉਸ ਨੂੰ ਜਿੰਨਾ ਸਿੱਖੀ ਬਾਰੇ ਪਤਾ ਉਹਨਾਂ ਹੀ ਉਹ ਹਿੰਦੂ ਧਰਮ ਚ ਵੀ ਪਰਮਾਨਤਾ ਤੇ ਇਸ ਲਈ ਉਹ ਕਹਿੰਦੇ ਉਹ ਪਿੰਡੂ ਵੀ ਆ ਉਹ ਸ਼ਹਿਰੀ ਵੀ ਆ ਤੇ ਇਸ ਲਈ ਭਾਜਪੀ ਦੀਆਂ ਅੰਦਰ ਦੀਆਂ ਹੀ ਕੁਝ ਤੇਰਾ ਉਸ ਤੇ ਗਣੂਆ ਪਾਉਣਾ ਚਾਹੁੰਦੀਆਂ ਨੇ ਖਾਸ ਕਰਕੇ ਉਹ ਤਿਰਾ ਜਿਨ੍ਹਾਂ ਨੂੰ ਅਸ਼wini ਆਲਾ ਧੜਾ ਪਰਵਾਣ ਨਹੀਂ ਹੂੰ ਉਹਨਾਂ ਨੂੰ ਲੱਗਦਾ ਕਿ ਸਰਸਾ ਵੀ ਨਾ ਆਵੇ ਅਸ਼wini ਨਾ ਬਣੇ ਤੇ ਅਸੀਂ ਕਬੇ ਇਹ ਜਾਖੜ ਦੀ ਗੱਲ ਕਰ ਲਈਏ ਤੇ ਜਾਖੜ ਹੋਰੀ ਹਾਂ ਸਾਰਿਆਂ ਨੂੰ ਪਤਾ ਕਿ ਅੱਜ ਕੱਲ ਮਤਲਬ ਕਿ ਦਿੱਲੀ ਹਾਈ ਕਮਾਂਡ ਦੀ ਵੀ ਪਸੰਦ ਨੇ ਬਲਾਰੇ ਪੱਖੋਂ ਵੀ ਤਕਨੀਕ ਪੱਖੋਂ ਵੀ ਪੰਜਾਬ ਦੀ ਸਮਝ ਪੱਖੋਂ ਵੀ ਸ਼ੈਲੀ ਪੱਖੋਂ ਵੀ ਉਹ ਉਹਨਾਂ ਨੂੰ ਉਹ ਵੀ ਪ੍ਰਮਾਣਿਤ ਨੇ ਪਰ ਉਹਨਾਂ ਨੂੰ ਲੱਗਦਾ ਕਿ ਸੁਨੀਲ ਜਾਖੜ ਕਿਸੇ ਵੀ ਮਸਲੇ ਦੇ ਉੱਤੇ ਆਪਣੇ ਤਰਕ ਦੇ ਆਧਾਰ ਤੇ ਕੋਈ ਫੈਸਲਾ ਲੈ ਸਕਦਾ ਉਸ ਦਾ ਸਾਡੀ ਗੱਲ ਲਾਂਸ ਬਣੇ ਆਹ ਡਰ ਬੀਜਪੀ ਹਾਈ ਕਮਾਂਡ ਦੇ ਅੰਦਰ ਪਿਆ ਤੇ ਉਹ ਡਰ ਉਹਨਾਂ ਨੂੰ ਸਰਸੇ ਜਿਹਾ ਨਜ਼ਰ ਨਹੀਂ ਆਉਂਦਾ ਜੀ ਉਹਨਾਂ ਲੱਗਦਾ ਕਿ ਸਰਸਾ ਸਾਡੇ ਹੱਥੋਂ ਬਾਹਰ ਨਹੀਂ ਜਾਊਗਾ ਸਰਸਾ ਸਾਡੀਆਂ ਉਂਗਲਾਂ ਦੇ ਨੱਚ ਸਕਦਾ ਜਾਖੜ ਸਾਡੇ ਹੱਥੋਂ ਨਿਕਲ ਤਿਲਕ ਸਕਦਾ ਕਦੇ ਵੀ ਸੋ ਇਹ ਇਸ ਲਈ ਭਾਪੀ ਇਸ ਮੌਕੇ ਤਿੰਨ ਤਰ੍ਹਾਂ ਦੇ ਦਵੰਦ ਦੇ ਵਿੱਚੋਂ ਲੰਘ ਰਹੀ ਆ ਕਿ ਉਹ ਪਹਿਲਾ ਦਵੰਦ ਉਹੀ ਆ ਕਿ ਭਾਈ ਆਪਾਂ ਪੰਜਾਬ ਦਾ ਬੰਦਾ ਰੱਖੀਏ ਕਿ ਦਿੱਲੀ ਦਾ ਰੱਖੀਏ ਦੂਜਾ ਦਵੰਦ ਇਹ ਆ ਕਿ ਸਿੱਖ ਚਿਹਰਾ ਰੱਖੀਏ ਕਿ ਹਿੰਦੂ ਚਿਹਰਾ ਰੱਖੀਏ ਜੇ ਸਿੱਖ ਚਿਹਰਾ ਰੱਖਣਾ ਕੀ ਸਰਸਾ ਹੀ ਹੋਵੇ ਜਾਂ ਕੋਈ ਹੋਰ ਹੋਵੇ ਜਾਂ ਕੋਈ ਹੋਰ ਅਜੇ ਨਵਾਂ ਰਲਾਉਣਾ ਜਾਂ ਕਿਸੇ ਹੋਰ ਨਾਮ ਤੇ ਨਜ਼ਰ ਆ ਤੇ ਜਾਂ ਫਿਰ ਜੇ ਹਿੰਦੂ ਚਿਹਰਾ ਰੱਖੀਏ ਤਾਂ ਉਹ ਅਸ਼ਵਨੀਆ ਨੇ ਇਹਨਾਂ ਦੀ ਟੀਮ 'ਚ ਹੋਵੇ ਜਾਂ ਜਾਖੜ ਨੇ ਉਹਨਾਂ ਦੀ ਟੀਮ 'ਚ ਹੋਵੇ ਸੋ ਇਸ ਲਈ ਭਾਪੀ ਦੇ ਅੰਦਰ ਇੱਕ ਰੱਸਾ ਕਸੀਆ ਉਰੇ ਰੱਸਾ ਕਸੀ ਗੁਜਰਾਤ ਚੋਣਾਂ ਤੋਂ ਤੁਰੰਤ ਬਾਅਦ ਭੱਗਦੀ ਤੁਹਾਨੂੰ ਜਨਤਕ ਨਜ਼ਰ ਆ ਜਾਏਗੀ ਕਿਉਂਕਿ ਅਸ਼ਵਨੀ ਸ਼ਰਮਾ ਉਹਨਾਂ ਦੀ ਪ੍ਰਧਾਨਗੀ ਦਾ ਕਾਰਜਕਾਲ ਮੁੱਕ ਗਿਆ ਔਰ ਹੁਣ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਹੁਣ ਪ੍ਰਧਾਨ ਬਣੂਗਾ ਉਹੀ ਅਗਲੀ ਵਾਰ ਚਿਹਰਾ ਹੋਊਗਾ ਜੀ ਸੋ ਇਸ ਲਈ ਇਹ ਪ੍ਰਧਾਨਗੀ ਦੀ ਦੌੜ ਮੁੱਖ ਮੰਤਰੀ ਦਾ ਚਿਹਰਾ ਬਣਦੀ ਦੌੜ ਵੱਲ ਵਧ ਰਹੀ ਆ ਸੋ ਉਸ ਦਵੰਦ ਦਾ ਚੇਰਾ ਮੋਰਾ ਜਿਹੜਾ ਬਣਨਾ ਉਹ ਗੁਜਰਾਤ ਤੋਂ ਨਾ ਤੋਂ ਬਾਅਦ ਬਣਨਾ ਗੁਜਰਾਤ ਤੋਂ ਬਾਅਦ ਇਧਰ ਧਿਆਨ ਹੋਣਾ ਇਸ ਲਈ ਇਹ ਖਬਰ ਜਿਹੜੀ ਆਪਾਂ ਅੱਜ ਕਰ ਰਹੇ ਆ ਇਹ ਆਉਂਦੇ ਹਫ਼ਤੇ 10 ਦਿਨਾਂ ਬਾਅਦ ਬਾਹਰ ਹੋਣੀ ਸ਼ੁਰੂ ਹੋਊਗੀ